ਸਤਿ ਸ਼੍ਰੀ ਅਕਾਲ ਭੈਣੋ ਤੇ ਭਰਾਵੋ ਤੁਹਾਨੂੰ ਭਈ ਬਸਾਖੀ ਸਤਿ ਸ਼੍ਰੀ ਅਕਾਲ ਸਰ ਬਸਾਖੀ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਉਹਨੂੰ ਵੀ ਬਲੀ ਤੇ ਮੈਨੂੰ ਪਤਾ ਕਿੱਥੋਂ ਚੱਲਿਆ ਤੇ ਮੈਨੂੰ ਆਈ ਮਤਲਬ ਪਤਾ ਤਾਂ ਆਪਾਂ ਨੂੰ ਹੈਗਾ ਹੀ ਵੈਸੇ ਕੀ 13 April ਆਪਾਂ ਮਨਾਉਂਦੇ ਆ ਬਸਾਖੀ ਵਾਲਾ ਦਿਨ ਮਨਾਉਂਦੇ ਆ ਪਰ ਕੀ ਵਾ ਦਿਮਾਗ 'ਚੋਂ ਨਿਕਲ ਜਾਂਦਾ ਨਾ ਇੱਥੇ ਕੈਨੇਡਾ 'ਚ ਰਹਿੰਦੇ ਰਹਿੰਦੇ ਫੈਸਟੀਵਲਸ ਜੇ ਯਾਦ ਨਹੀਂ ਰਹਿੰਦੇ ਹੁੰਦੇ ਤੇ ਮੈਨੂੰ ਕਿੱਥੋਂ ਪਤਾ ਚੱਲਿਆ 14 April 14th April 14 April ਇਹ 13 ਹੁੰਦਾ 14 ਹੁੰਦਾ ਮੇਰੇ ਦਿਮਾਗ 'ਚ 13 ਕਿਉਂ ਹੈ ఐ డోంట్ నో तेरा ਹੁੰਦਾ ਲੇਕਿਨ ਡੇਡ ਜਿਹੜੀ ਕੈਲੰਡਰ ਤੇ ਦੇਖਦੇ ਆ ਨਾ ਵਿਸਾਖੀ ਦੀ ਛੁੱਟੀ 14 April ਦੀ ਇੱਥੇ ਤਾਂ ਹੈਗੀ ਅੱਛਾ 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 ਕੈਨੇਡਾ ਛੁੱਟੀ ਤਾਂ ਨਹੀਂ ਹੈ ਮਤਲਬ ਕਿ 14 April ਕੈਲ ਹੈਗਾ ਜੇ ਆਪ ਲੱਭਦੇ ਆ ਨਾ ਆਨਲਾਈਨ ਤਾਂ ਕੈਲੰਡਰ ਡੇ 14th ਹੈ ਓਕੇ ਤੇ ਮੈਨੂੰ ਈਮੇਲ ਆਈ ਹੋਈ ਸੀ ਮੇਰੇ ਬੇਟੇ ਦੇ ਸਕੂਲ ਵੱਲੋਂ ਹਨਾ ਕਿ ਉਹਨਾਂ ਨੇ ਕੋਈ ਸਿੱਖ ਹੈਰੀਟੇਜ ਮੰਥ ਆਈ ਥਿੰਕ ਉਹ ਸੈਲੀਬ੍ਰੇਟ ਕਰ ਰਹੇ ਨੇ ਹੁਣ ਕਿਨੇ ਕੈਨੇਡਾ ਵਿੱਚ ਤੇ ਉੱਥੇ ਮੈਨੂੰ ਬੜੀ ਹੈਰਾਨੀ ਹੋਈ ਕਿ ਦੇਖੋ ਗੋਰੀਆਂ ਨੂੰ ਬੀਸ ਚੀਜ਼ ਦੇ ਬਾਰੇ ਪਤਾ ਹੈ ਹਨਾ ਸਿੱਖ ਹੈਰੀਟੇਜ ਦੇ ਬਾਰੇ ਪਤਾ ਹੈ ਕਿ ਇਸ ਤਰੀਕੇ ਨਾਲ ਵੀ ਇਹ ਮੰਥ ਇੰਪੋਰਟੈਂਟ ਹੈ ਸਿੱਖੀ ਜਮ ਵਾਸਤੇ ਤੇ ਬਾਕੀ ਜੇ ਮੈਂ ਆਪਣੀ ਬਾਕੀ ਯਾਦਾਂ ਦੀ ਗੱਲ ਕਰਾਂ ਇਹਨੂੰ ਲੈ ਕੇ ਬਸਾਖੀ ਨੂੰ ਲੈ ਕੇ ਮੈਨੂੰ ਬੇਸਿਕਲੀ ਯਾਦ ਆਂਦਾ ਹੁੰਦਾ ਇਹਨੂੰ ਲੈ ਕੇ ਭੰਗੜਾ ਗਿੱਧਾ ਹਨਾ ਸੈਲੀਬ੍ਰੇਸ਼ਨ ਨੀਂ ਉਹ ਤੁਸੀਂ ਕਹ ਲਓ ਸਕੂਲ 'ਚ ਹੁੰਦੇ ਸੀਗੇ ਤਾਂ ਅਸੀਂ ਬਸਾਖੀ ਦੀ ਤਿਆਰੀ ਕਰਦੇ ਹੁੰਦੇ ਸੀਗੇ ਸਾਨੂੰ ਭੰਗੜੇ ਮੈਂ ਭੰਗੜੇ 'ਚ ਬਹੁਤ ਪਾਰਟਿਸਿਪੇਟ ਕੀਤਾ ਹੈ ਗਿੱਧਿਆਂ 'ਚ ਬੜਾ ਪਾਰਟਿਸਿਪੇਟ ਕੀਤਾ ਹੈ ਸਕੂਲ ਲੈਵਲ ਤੇ ਤੇ ਉਹ ਬੜਾ ਅ ਅੰਜੋਇਮੈਂਟ ਦਾ ਟਾਈਮ ਹੁੰਦਾ ਸੀਗਾ ਅਸੀਂ ਜਾ ਕੇ ਡਿਫਰੈਂਟ ਫੈਸਟੀਵਲਸ ਦੇ ਵਿੱਚ ਪਾਰਟਿਸਿਪੇਟ ਕਰਨਾ ਫਿਰ ਟੀਮਸ ਬਣਾ ਕੇ ਜਾਣਾ ਤੇ ਬੜੀਆਂ ਵਧੀਆ ਯਾਦਾਂ ਜੁੜੀਆਂ ਹੋਈਆਂ ਨੇ ਮੇਰੀ ਇਸ ਫੈਸਟੀਵਲ ਦੇ ਨਾਲ ਹਨਾ ਤੇ ਆਪਾਂ ਅੱਜ ਸ਼ੇਅਰ ਕਰਦੇ ਹਾਂ ਆ ਕਿ ਬਸਾਖੀ ਕਿਵੇਂ ਮਨਾਈ ਜਾਂਦੀ ਹੈ ਜਾਂ ਦਾ ਕੀ ਇੰਪੋਰਟੈਂਸ ਹੈ ਅਹ ਇਹ ਤਾਂ ਪਹਿਲਾਂ ਇਹ ਗੱਲਬਾਤ ਕਰਨ ਤੋਂ ਪਹਿਲਾਂ ਕਿਉਂਕਿ ਆਪਾਂ ਥੋੜੀ ਦੇਰ ਪਹਿਲਾਂ ਹੀ ਡਿਸਕਸ ਕਰ ਰਹੇ ਸੀ 15-20 ਮਿੰਟ ਪਹਿਲਾਂ ਕਿ ਆਪਾਂ ਅੱਜ ਬਸਾਖੀ ਤੇ ਗੱਲ ਕਰਨੀ ਹੈ ਤੇ ਮੈਂ ਥੋੜੀ ਜਿਹੀ ਸਰਚ ਕੀਤੀ ਸੀ ਮੈਂ ਆਨਲਾਈਨ ਕਿ ਬਸਾਖੀ ਸਟਾਰਟ ਕਿੱਥੋਂ ਹੋਈ ਮਤਲਬ ਕਿੱਥੋਂ ਬਣਿਆ ਇਹ ਹੈ ਨਾ ਪਰਵ ਤੇ ਇਹ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਨੀਵ ਰੱਖੀ ਸੀ 1699 ਚ ਹੈ ਨਾ ਉੱਥੋਂ ਇਹ ਇਹ ਸਟਾਰਟ ਸਟਾਰਟ ਹੋਇਆ ਤੇ ਆਪਾਂ ਥੋੜਾ ਜਿਹਾ ਹੁਣ ਯਾਦ ਕਰਾਂਗੇ ਕਿ ਜਿਹੜਾ ਬੇਸਿਕ ਰੀਜ਼ਨ ਸੀਗਾ ਇਹ ਖਾਲਸਾ ਪੰਥ ਬਣਾਉਣ ਦਾ ਤੇ ਵਿਸਾਖੀ ਸੈਲੀਬ੍ਰੇਟ ਕਰਨ ਦਾ ਉਹ ਕਿੱਥੇ ਤੱਕ ਪੂਰਨ ਹੋਇਆ ਹੈ ਤੇ ਕਿੱਥੇ ਤੱਕ ਆਪਾਂ ਵਿੱਚ ਛੁੱਟ ਗਏ ਆਂ ਆਪਾਂ ਵਿੱਚ ਰਹਿ ਗਿਆ ਤੇ ਆਪਾਂ ਨੂੰ ਕਲੀ ਸੈਲੀਬ੍ਰੇਸ਼ਨਾਂ ਯਾਦ ਰਹਿ ਗਈਆਂ ਨੇ ਤੇ ਸ਼ਮਦੀ ਪਹਿਲਾਂ ਆਪਾਂ ਤੇਰੇ ਤੋਂ ਸਟਾਰਟ ਕਰਦੇ ਆਂ ਕਿ ਤੁਸੀਂ ਦੱਸੋ ਵੀ ਤੁਸੀਂ ਵਿਸਾਖੀ ਕਿਵੇਂ ਮਨਾਉਂਦੇ ਹੋ ਤੇ ਤਰੇਲੀ ਕੀ ਇੰਪੋਰਟੈਂਸ ਹੈ ਇਸ ਫੈਸਟੀਵਲ ਦੀ ਅ ਵਿਸਾਖੀ ਐਕਚੁਅਲੀ ਮੈਂ ਤਾਂ ਐਜੂਕੇਸ਼ਨ ਫੀਲਡ ਦੀ ਗੱਲ ਕਰੂੰਗੀ ਕੈਨੇਡਾ ਵਿੱਚ ਹੁਣ ਕਾਫੀ ਸਾਲ ਹੋ ਗਏ ਤੇ ਰਹਿੰਦੇ ਆਂ ਇਹ ਇਹ ਪਹਿਲੀ ਗੱਲ ਜਿਵੇਂ April ਨੂੰ ਸਾਨੂੰ ਆ ਜਾਂਦਾ ਨੋਟਿਸ ਕਿ ਸਿੱਖ ਹੈਰੀਟੇਜ ਮੰਥ ਹੈਗਾ April right ਤੇ ਉਹ ਬੱਚਿਆਂ ਨੂੰ ਫਿਰ ਸਾਨੂੰ ਦੱਸਣਾ ਵੀ ਪੈਂਦਾ ਕਿ ਸਿੱਖ ਹੈਰੀਟੇਜ ਮੰਥ ਕੀ ਹੈ ਪ੍ਰਿੰਸੀਪਲ ਵੀ ਸਾਨੂੰ ਆ ਕੇ ਪੁੱਛਦੇ ਆ ਨੇ ਕਿ ਵੀ ਸਾਨੂੰ ਥੋੜਾ ਡਿਟੇਲ ਚ ਦੱਸੋ ਵੀ ਤਾਂ ਕਿ ਅਸੀਂ ਅਸੈਂਬਲੀ ਚ ਥੋੜਾ ਬੋਲ ਸਕੀ ਹਾਂ ਤੇ ਫਿਰ ਉਹਨਾਂ ਨੇ ਵੀ ਸ਼ੇਅਰ ਕੀਤਾ ਮੈਂ ਕੀ ਦੱਸਾਕੀ ਹੁੰਦੀ ਕੀ ਆ ਤੇ ਮੈਂ ਕਿਹਾ ਇਹ ਖਾਲਸਾ ਜਾਂ ਸਿੱਖੀ ਜ਼ਮਦੀ ਫਾਊਂਡੇਸ਼ਨ ਡੇ ਆ right ਇਹਦਾਂ ਉਹ ਨਿਆਸੀ ਸੀ ਸਟਾਰਟ ਹੋਇਆ ਸੀਗਾ ਤੇ ਫਿਰ ਅ ਅੱਜ ਕੱਲ੍ਹ ਹੋਰ ਮੈਂ ਦੇਖਦੀ ਆ ਕਿ ਜਿਵੇਂ ਸਕੂਲਾਂ ਦੇ ਵਿੱਚੋਂ ਮਤਲਬ ਕਾਫੀ ਆਪਣੇ ਜੂੜਿਆਂ ਵਾਲੇ ਬੱਚੇ ਦਿਖਦੇ ਨੇ ਰਾਈ ਤਾਂ ਉਹ ਫਿਰ ਉਹਨਾਂ ਦੇ ਬਾਰੇ ਫਿਰ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਨੇ ਆ ਵੀ ਕਿਵੇਂ 5K ਜਿਹੜੇ ਐਕਚੁਅਲੀ ਰਿਲੀਜੀਅਨ ਨੂੰ ਫਾਲੋ ਕਰਦੇ ਨੇ ਉਹ 5K ਫਾਲੋ ਕਰਦੇ ਨੇ 5K ਕੀ ਹੁੰਦੇ ਨੇ ਕੜਾ ਤਾਂ ਨਾਰਮਲੀ ਇਹ ਤੇ ਸਭ ਨੂੰ ਪਤਾ ਲੱਗ ਗਿਆ ਕਾਫੀ ਕਾਮਨ ਹੈ ਤੇ ਸਾਰੇ ਪੰਦੇ ਨੇ ਕੜਾਤਾ ਹੈ ਨਾ ਹਾਂ ਸਾਰੇ ਪੰਦੇ ਨੇ ਤੇ ਪਹਿਲਾਂ ਮਤਲਬ ਅਲਾਉਡ ਨਹੀਂ ਹੁੰਦਾ ਸੀ ਹੁਣ ਤਾਂ ਮਤਲਬ ਉਹਨਾਂ ਨੂੰ ਪਤਾ ਵੀ ਇਹ ਸਿੱਖਾ ਤੇ ਇਹਨੇ ਕੜਾ ਪਾਣਾ ਹੀ ਪਿਆ ਰਾਈਟ ਹੋਰ ਸਰਪਾਨ ਵਗੈਰਾ ਚਲੋ ਅਲਾਉਡ ਨਹੀਂ ਹੈਗੀ ਸਕੂਲ ਅੰਦਰ ਇਹ ਮਤਲਬ ਕਿ ਹੁਣ ਹੁਣ ਸਾਰੇ ਗੋਰਿਆਂ ਨੂੰ ਮੋਸਟਲੀ ਪਤਾ ਵੀ ਇਹ ਇਹ ਸਿੱਖ ਨੇ ਤੇ ਹੁਣ ਇੱਕ ਦੂਸਰੀ ਗੱਲ ਵਿਸਾਖੀ ਟਾਈਮ ਆਪਾਂ ਨੂੰ ਪਤਾ ਕਿ ਇੱਥੇ ਆਪਣੇ ਨਗਰ ਕੀਰਤਨ ਸ਼ੁਰੂ ਹੋ ਜਾਂਦੇ ਨੇ ਯਾ ਯਾ ਤੇ ਹਾਂ ਤੇ ਉਹਦੇ ਨਾਲ ਫਿਰ ਕਾਫੀ ਇੱਥੇ ਲੋਕਾਂ ਨੂੰ ਪਤਾ ਲੱਗਿਆ ਇੱਕ ਫ੍ਰੀ ਫੂਡ ਬੜਾ ਫੇਮਸ ਆ ਗੁਰਿਆਂ ਦੇ ਵਿੱਚ ਕਿ ਇਹ ਸਿੱਖ ਜਿਹੜੇ ਨੇ ਫ੍ਰੀ ਫੂਡ ਬੰਦ ਦਿੰਦੇ ਨੇ ਤੇ ਬੜੇ ਹੈਰਾਨ ਹੁੰਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਫ੍ਰੀ ਫੂਡ ਰੀਅਲੀ ਫ੍ਰੀ ਫੂਡ ਹੁੰਦਾ ਤੁਹਾਡੇ ਤੇ ਇਹ ਬਹੁਤ ਇੱਕ ਜਿਹੜੀ ਇਹ ਪ੍ਰਥਾ ਨਾ ਆਪਣੀ ਇਨਾਂ ਚ ਇਹ ਵੀ ਬੜੇ ਮਤਲਬ ਬੜੀ ਫੇਮਸ ਆ ਰਾਈਟ ਤੇ ਫਿਰ ਲੋਕ ਉਹਨੂੰ ਦਾਨ ਕਰਦੇ ਨੇ ਕਈ ਤਾਂ ਦਾਨ ਦੀ ਸ਼ਰਧਾ ਨਾਲ ਨਗਰ ਕੀਰਤਨ ਚ ਜਾਂਦੇ ਨੇ ਸਪਰੀ ਸਟਾਲ ਲਾਂਦੇ ਨੇ ਕਈ ਐਡਵਰਟਾਈਜ਼ਮੈਂਟ ਦੇ ਨੂੰ ਲੈ ਕੇ ਵੀ ਜਾਂਦੇ ਨੇ ਤੇ ਉਹ ਚਲੋ ਸਭ ਦੀ ਆਪਣੇ ਆਪਣੀ ਦਿਮਾਗ ਦੀ ਹੈਗੀ ਐ ਵੀ ਉਹਨਾਂ ਨੂੰ ਯੂਜ਼ ਕਰਨਾ ਬਸਾਕੀ ਨੂੰ ਕਿ ਐਕਚੁਅਲ ਦਾਨ ਕਰਨਾ ਨਹੀਂ ਮੈਨੂੰ ਯਾਦ ਆ ਬ੍ਰੈਂਟਨ ਚ ਬ੍ਰੈਂਟਨ ਚ ਜਦੋਂ ਨਿਕਲਦਾ ਸੀ ਨਗਰ ਕੀਰਤਨ ਤੇ ਆਪਾਂ ਜਾ ਕੇ ਉੱਚ ਫ੍ਰੀ ਦੀ ਛੋਲੇ ਪੂਰੀਆਂ ਖਾ ਕੇ ਆਂਦੇ ਹੁੰਦੇ ਹੁੰਦੇ ਸੀਗੇ ਸਪੈਸ਼ਲ ਜਾਣਾ ਪਉਂਦੇ ਦਿਨ ਤੇ ਇਸ ਦਿਨ ਫਿਰ ਮੈਂ ਤੂਤੇ ਮੈਂ ਸੂਟ ਪਾਉਂਦੇ ਹੁੰਦੇ ਸੀਗੇ ਹਨਾ ਤੇ ਪੰਜਾਬੀ ਸੂਟ ਤੇ ਡਰੈਸ ਅੱਪ ਹੁੰਦੇ ਹੁੰਦੇ ਸੀ ਪੰਜਾਬੀ ਸਪੈਸ਼ਲੀ ਹਾਂ ਪੰਜਾਬੀ ਉਹਨੂੰ ਲੈ ਕੇ ਤੇ ਵਧੀਆ ਗੱਲ ਹੈ ਕਦੇ ਨਾ ਕਦੇ ਮਤਲਬ ਵਿੱਚੋਂ ਦੀ ਐਦਾਂ ਫੋਰ ਅ ਚੇਂਜ ਆਪਣੇ ਕਲਚਰ ਨੂੰ ਯਾਦ ਕਰਨਾ ਜਾਂ ਉਹਨੂੰ ਸੈਲੀਬ੍ਰੇਟ ਕਰਨਾ ਚੰਗਾ ਲੱਗਦਾ ਹੈ ਤੇ ਮੈਨੂੰ ਇਹ ਵੀ ਹੁਣ ਪਤਾ ਹੈ ਕਿ ਮੋਨਜੀ ਜੀ ਦਾ ਥੋੜਾ ਵਿਊ ਪੁਆਇੰਟ ਥੋੜਾ ਡਿਫਰੈਂਟ ਹੋਏਗਾ ਇਸ ਚੀਜ਼ ਨੂੰ ਲੈ ਕੇ ਤੇ ਆਪਾਂ ਦੂਜੀ ਗੱਲ ਵੀ ਸੁਣ ਲੈਣੇ ਦੂਜੇ ਪਾਸੇ ਦੀ ਇਹ ਅਸੀਂ ਬਾਇ ਡਿਫਾਲਟ ਸੈਟਿੰਗ ਹੈ ਦਿਮਾਗ ਦੀ ਸੈਟਿੰਗ ਹੈ ਮੋਨਜੀ ਤੂੰਨੇ ਪੁਰਤੂ ਪੁੱਟਾ ਹੀ ਬੋਲਣਾ ਹੁੰਦਾ ਕੁਝ ਬਟ ਸਟਿਲ 让我们 نو ਕਿ ਕੀ ਤਰੀਆ ਥਾਟਸ ਨੇ ਫੈਸਟੀਵਲ ਨੂੰ ਲੈ ਕੇ ਮੈਨੂੰ ਤੁਸੀਂ ਇੰਡੀਆ ਦੇ ਵਿੱਚ ਪੁੱਠਾ ਬੋਲਣ ਨੂੰ ਰੱਖਿਆ ਆ ਮੈਂ ਤਾਂ ਹੁਣ ਸਾਰਿਆਂ ਨੂੰ ਕਹਿ ਦੇਣਾ ਭਾਈ ਮੇਰੇ ਛੇਤਰ ਦਾ ਫੇਰਿਓ ਕਦੀ ਫੇਰਨਾ ਮੈਨੂੰ ਤਾਂ ਆਰਡਰ ਆਦਨੇ ਪੁੱਠਾ ਬੋਲਣ ਦਾ ਮੈਂ ਨਾ ਮਾਮਾ ਜੀ ਦੀ ਬੜੀ ਵਧੀਆ ਇੱਕ ਗੱਲ ਮੈਨੂੰ ਯਾਦ ਆਉਂਦੀ ਹੁੰਦੀ ਆ ਤੇ ਲਫਾਫਾ ਮਾਮਾ ਜੀ ਕਿਹਨਾਂ ਵਰਡ ਬੜਾ ਯੂਜ਼ ਕਰਦੇ ਨੇ ਲਫਾਫਾ ਤੇ ਉਹ ਲਫਾਫਾ ਵਰਡ ਯੂਜ਼ ਕੀਤਾ ਜਾਂਦਾ ਸ਼ਗਨ ਪਾੰਦੇ ਹੁੰਦੇ ਜਦੋਂ ਆਪਾਂ ਪਛਾਗਣ ਪਾਂਦੇ ਸੀ ਪਹਿਲਾਂ ਪਿੰਡਾਂ 'ਚ ਵਿਆਹ ਜਾਂਦੇ ਸੀ ਤੇ ਲੋਕ ਸਿੱਧੇ ਹੀ ਪੈਸੇ ਦੇ ਦਿੰਦੇ ਸੀ ਕੋਈ 50 ਰੱਖ ਦਿੰਦਾ ਸੀ ਕੋਈ 100 ਰੱਖ ਦਿੰਦਾ ਹੁੰਦਾ ਸੀਗਾ ਤੇ ਸਲੋਲੀ ਸਲੋਲੀ ਨਾ ਲੋਕਾਂ ਦੇ ਵਿੱਚ ਰਿਵਾਜ ਆਇਆ ਕੋਈ ਸ਼ਹਿਰੀ ਜਿਹੇ ਬੰਦੇ ਨੇ ਆ ਕੇ ਨਾ ਲਫਾਫੇ ਦੇ ਵਿੱਚ ਸ਼ਗਨ ਪਾਇਆ ਲਫਾਫਾ ਬੜਾ ਸੋਹਣਾ ਸੀਗਾ ਤੇ ਸੋਹਣਾ ਜਿਹਾ ਲਫਾਫਾ ਪਿੰਕ ਜਿਹਾ ਉਹਦੇ ਉੱਤੇ ਬੰਨਿਆ ਹੁੰਦਾ ਰੁਪਈਆ ਉੱਤੇ ਚਿਪਕਿਆ ਹੁੰਦਾ ਤੇ ਉਹ ਲਫਾਫਾ ਹੌਲੀ ਹੌਲੀ ਨਾ ਲਫਾਫਾ ਬੜਾ ਚੱਲ ਗਿਆ ਜੀ ਬੜਾ ਚੱਲ ਗਿਆ ਤੇ ਜਿਸ ਬੰਦੇ ਦਾ ਜਹਾਜਾ ਇੰਨਾ ਸੋਹਣਾ ਲਫਾਫਾ ਹੁੰਦਾ ਸੀਗਾ ਲੋਕ ਉਸ ਨੂੰ ਧਿਆਨ ਨਾਲ ਦੇਖਦੇ ਸੀਗੇ ਤੇ ਮੈਨੂੰ ਐ ਲੱਗ ਰਿਹਾ ਕਿ ਸ਼ਗਨ ਜਿਹੜਾ ਵਿੱਚ ਸੀਗੀ ਮਦਦ ਸੀਗੀ ਇੱਕ ਤਰੀਕੇ ਦੀ ਉਹ ਉਹ ਕਿਤੇ ਪਿੱਛੇ ਰਹਿ ਗਈ ਤੇ ਲਫਾਫਿਆਂ ਦਾ ਯੁੱਗ ਆ ਗਿਆ ਤੇ ਜੇ ਮੈਂ ਆਰਗੇਨਿਕ ਆਰਮਰਾ ਮੈਂ ਫਾਰਮ ਦਿਖਾਵਾ ਦੀ ਗੱਲ ਕਰਾਂ ਵੀ ਦਿਖਾਵਾ ਹੋ ਜਾਂਦਾ ਹੋ ਗਿਆ ਹੂੰ ਹਾਂ ਲਫਾਫਾ ਜ਼ਿਆਦਾ ਹੋ ਗਿਆ ਸ਼ਗਨ ਪਿੱਛੇ ਰਹਿ ਗਿਆ ਤੇ ਮੈਟਰ ਨਹੀਂ ਕਰਦਾ ਕਿ ਤੁਸੀਂ ਉਸ ਬੰਦੇ ਦੀ ਕਿੰਨੀ ਮਦਦ ਕਰ ਰਹੇ ਹੋ ਕਿੰਨੇ ਕਿੰਨਾ ਕਰ ਰਹੇ ਹੋ ਤੁਹਾਡਾ ਮੈਟਰ ਇਹ ਕਰਦਾ ਕਿ ਤੁਹਾਡਾ ਲਫਾਫਾ ਕਿੰਨਾ ਸੋਹਣਾ ਹੋਊਗਾ ਫਰੰਟ ਐਂਡ ਤੇ ਉਹਦੇ ਵਿੱਚ ਕੀ ਆਈਟਮ ਆ ਉਹ ਜ਼ਿਆਦਾ ਮੈਟਰ ਨਹੀਂ ਕਰਦਾ ਤੇ ਜਿੱਥੇ ਰਹੀਏ ਫਾਰਮਿੰਗ ਦੀ ਗੱਲ ਤਾਂ ਜਿਹੜਾ ਵਿਸਾਖੀ ਸੀਗਾ ਇਹ ਮੰਨਿਆ ਜਾਂਦਾ ਸੀਗਾ ਕਿ ਕਿਸਾਨਾਂ ਦੀ ਫਸਲ ਆਈ ਆ ਤੇ ਮੁੱਕੀ ਕਣਕਾਂ ਦੀ ਰਾਖੀ ਵੱਲਿਆ ਕੇ ਆਈ ਵਿਸਾਖੀ ਹਾਂ ਹੁਣ ਕਣਕਾਂ ਦੀ ਰਾਖੀ ਨਹੀਂ ਕਰਨੀ ਪੈਣੀ ਇਹ ਜਿਹੜਾ ਫਾਰਮਰ ਸੀਗਾ ਉਸਨੇ ਬਹੁਤ ਹੱਥ ਘੁੱਟ ਕੇ ਰੱਖਿਆ ਹੁੰਦਾ ਸੀ 6 ਮਹੀਨੇ ਸਪੈਸ਼ਲੀ ਇਹ ਜਦੋਂ ਕਣ ਕਾਂਦੀ ਆ ਜਾਂ ਝੋਨਾ ਆਉਂਦਾ ਨਾ ਉਸ ਤੋਂ ਮਹੀਨਾ 2 ਮਹੀਨੇ ਪਹਿਲਾਂ ਨਾ ਫਾਰਮਰਸ ਦੀ ਹਾਲਤ ਬਹੁਤ ਪੁਰੀ ਹੋ ਜਾਂਦੀ ਹੈ ਕਿਉਂਕਿ ਉਹ ਉਹਨਾਂ ਦਾ ਨਾ ਪੈਸਾ ਮੁੱਕ ਚੁੱਕਿਆ ਹੁੰਦਾ ਕਾਫੀ ਹੱਦ ਤੱਕ। ਵੈਸੇ ਹੀ ਮਤਲਬ ਹੁਣ ਅੱਜ ਦੀ ਡੇਟ ਤੱਕ ਚਲੋ ਪੈਸਾ ਹੈ ਹੀ ਨਹੀਂ ਉਹਨਾਂ ਕੋਲ ਮੈਂ ਤਾਂ ਮੰਨਦਾ ਜਿਹੜੇ ਰੀਅਲੀ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਨਾ ਲੋਕ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਆਪਾਂ ਨੂੰ ਲੱਗ ਟੌਪਿਕ ਕਰਾਂਗੇ ਤੇ ਇਹਦੇ ਨੇੜੇ-ਤੇੜੇ ਜਾ ਕੇ ਨਾ ਹਾਲਾਤ ਬਹੁਤ ਖਰਾਬ ਹੋ ਚੁੱਕੇ ਉੱਥੇ ਬਹੁਤ ਖਰਾਬ ਤੇ ਉਸਨੇ ਨਾ ਉਹਦੇ ਬੱਚੇ ਉਹਦੀ ਵਾਈਫ ਸਭ ਦਾ ਨਾ ਬੜਾ ਪ੍ਰੈਸ਼ਰ ਸਹਿ ਰਿਆ ਹੁੰਦਾ ਪਿਛਲੇ 2-3 ਮਹੀਨਿਆਂ ਤੋਂ ਕਿ ਹਰ ਗੰਦਾ ਨਾ ਉਸ ਨੂੰ ਥੁੱਲ ਮਾਰ ਰਿਹਾ ਹੁੰਦਾ ਉਹਨੂੰ ਮਤਲਬ ਉਹਦੇ ਗਿੱਟਿਆਂ ਤੇ ਮਾਰ ਰਿਹਾ ਹੁੰਦਾ ਤੇ ਉਹ ਇੰਨੇ ਪ੍ਰੈਸ਼ਰ 'ਚ ਹੁੰਦਾ ਤੇ ਇਸ ਟਾਈਮ ਤੇ ਜਾ ਕੇ ਜਿਵੇਂ ਉਹਦੇ ਕੋਲ ਕੈਸ਼ ਆਂਦਾ ਤਾਂ ਮਾਰਕੀਟ ਨਾ ਇੱਕਦਮ ਮੇਲੇ ਲਗਾ ਦਿੰਦੀ ਆ ਮੈਨੂੰ ਇਹ ਲੱਗਦਾ ਕਿ ਮੇਲੇ ਲਗਾ ਦਿੰਦੀ ਆ ਤੇ ਉਸ ਨੂੰ ਇੱਕ ਰਵਾਜ ਦੇ ਤੌਰ ਤੇ ਖਰਚਣਾ ਪੈਂਦਾ ਉਹਨੂੰ ਜਾਣਾ ਪੈਂਦਾ ਤੇ ਉਸ ਦੇ ਉੱਤੇ ਨਾ ਪ੍ਰੈਸ਼ਰ ਹੁੰਦਾ ਕਿ ਉਸ ਨੂੰ ਨਾ ਕਰਨੀ ਬੜੀ ਔਖੀ ਲੱਗਦੀ ਆ ਹੁਣ ਇਸ ਟਾਈਮ ਤੇ ਕਿਉਂਕਿ ਉਸ ਨੇ ਉਹ ਇੱਕ ਬੈਕਫੁੱਟ ਤੇ ਗਿਆ ਹੁੰਦਾ ਤਾਂ ਉਹਨੂੰ ਨਾ ਕਰਨੀ ਬੜੀ ਔਖੀ ਲੱਗਦੀ ਆ ਤਾਂ ਮੈਂ ਇਹਨੂੰ ਇਸ ਐਂਗਲ ਤੋਂ ਸੀ ਕਿ ਹੋਰ ਤਰੀਕੇ ਨਾਲ ਮੈਂ ਸੋਚ ਰਿਹਾ ਸੀਗਾ ਕਿ ਜਦੋਂ ਤਨ ਤੀਰਸ ਆਂਦਾ ਹਨਾ ਉਦੋਂ ਉਹ ਕਹਿੰਦੇ ਨੇ ਸੁਨਿਆਰਿਆਂ ਤੋਂ ਭਾਈ ਕੋਈ ਚੀਜ਼ ਲੋ ਭਾਂਡੇ ਵਾਲਿਆਂ ਤੋਂ ਕੋਈ ਚੀਜ਼ ਲੋ ਆਪਾਂ ਵਿਸਾਖੀ ਨੂੰ ਆਏ ਕਿਉਂ ਨਹੀਂ ਸੈਲੀਬ੍ਰੇਟ ਕੀਤਾ ਕਿ ਭਾਈ ਕਿਸਾਨ ਦੀ ਫਸਲ ਆਈ ਹੈ ਇਸ ਤੋਂ ਫਸਲ ਖਰੀਦੋ ਹੂੰ ਮਤਲਬ ਇਹਨੂੰ ਮੈਨੂੰ ਬੜਾ ਲੱਗਦਾ ਕਿ ਯਾਰ ਵਿਸਾਖੀ ਵੇਲੇ ਵੀ ਕਿਸਾਨ ਖਰਚੂ ਧੰਤੀ ਰਸਤੇ ਵੀ ਕਿਸਾਨ ਖਰਚੂ ਇਹ ਹਰ ਜਗ੍ਹਾ ਕਿਸਾਨ ਖਰਚੂ ਗਈ ਕਿਉਂਕਿ ਕਦੇ ਕਿਸਾਨ ਵੀ ਐਸੇ ਪ੍ਰੋਡਿਊਸਰ ਆ ਜਿਵੇਂ ਉਹਦੇ ਭਾਂਡੇ ਵਿਕਦੇ ਨੇ ਕਦੀ ਕਦੀ ਇਹਨੂੰ ਐਂ ਰਵਾਜ ਕਿਉਂ ਬਣਾਇਆ ਗਿਆ ਯਾਰ ਇਸ ਦਿਨ ਤੇ ਤੋਂ ਮਤਲਬ ਸ਼ਗੁਨ ਅੱਛਾ ਸ਼ਗਨ ਹੋਣਾ ਚਾਹੀਦਾ ਸੀਗਾ ਕਿ ਕਿਸਾਨ ਤੋਂ ਜਾ ਕੇ ਤੁਸੀਂ ਡਾਇਰੈਕਟਲੀ ਚੀਜ਼ ਖਰੀਦੋ ਉਦੋਂ ਤੋਂ ਤੁਸੀਂ ਆਪਾਂ ਐਫਸੀਆਈ ਤੋਂ ਲੈਨੇ ਆ ਹਨਾ ਪੰਸਪ ਆ ਗਈ ਹਨਾ ਆਪਾਂ ਆਸ਼ੀਰਵਾਦ ਆਟਾ ਖਾਈ ਜਾ ਰਹੇ ਆ ਤੇ ਆਪਾਂ ਕਦੀ ਵੀ ਨਹੀਂ ਸੋਚਿਆ ਕਿ ਯਾਰ ਮੈਂ ਢੋਲ ਖਰੀਦਾਂ ਤੇ ਮੈਂ ਕਣਕ ਖਰੀਦਾਂ ਵਿਸਾਖੀ ਆ ਗਈ ਮਤਲਬ ਮੈਨੂੰ ਮੈਨੂੰ ਇਹ ਲੱਗ ਰਿਹਾ ਕਿ ਇਹ ਮਾਰਕੀਟ ਲਫਾਫਾ ਮਤਲਬ ਜ਼ਿਆਦਾ ਮੂਰੇ ਨਿਕਲ ਗਿਆ ਜੋ ਮੇਲੇ ਸੀਗੇ ਜੋ ਸੂਟਾਂ ਦਾ ਕਾਰੋਬਾਰ ਸੀ ਜਿੱਥੇ ਵੀ ਵਿਕਰੀ ਹੋ ਸਕਦੀ ਸੀ ਕਿਸਾਨ ਤੇ ਪ੍ਰੈਸ਼ਰ ਪੈ ਸਕਦਾ ਸੀ ਉਹਦਾ ਪੈਸਾ ਉਹਦੇ ਕੋਲ ਤਾਜ਼ਾ ਤਾਜ਼ਾ ਪੈਸਾ ਆਇਆ ਸੀ ਤਾਂ ਉਹ ਪੈਸਾ ਨਿਕਲ ਸਕਦਾ ਸੀ ਤੇ ਜਦੋਂ ਤੁਸੀਂ ਦੂਜੇ ਤਿਹਾਰ ਦੇਖੋਗੇ ਤਾਂ ਉਦੋਂ ਬਿਲਕੁਲ ਉਲਟ ਹੁੰਦਾ ਮੈਨੂੰ ਇਸ ਤਰੀਕੇ ਨਾਲ ਦੇਖਣਾ अच्छा ਤੇ ਇਹ ਚ ਇਹ ਨਹੀਂ ਇੱਕ ਇੱਕ ਚੀਜ਼ ਇਹ ਰੀਜ਼ਨ ਹੋ ਸਕਦਾ ਹੈ ਕਿ ਜਿਹੜੀ ਕਿਸਾਨ ਦੀ ਆਉਟਕਮ ਹੁੰਦਾ ਹੈ ਜਿਹੜਾ ਕਿ ਫੂਡ ਹੁੰਦਾ ਹੈ ਉਹ ਬੜਾ ਇੱਕ ਬੇਸਿਕ ਜਾਂ ਰਿਕੁਆਇਰਮੈਂਟ ਹੈ ਲਾਈਫ ਦੀ ਹਨਾ ਤੇ ਉਹ ਤਾਂ ਲੱਗਦਾ ਕਿ ਉਹ ਤਾਂ ਵਿਕੀ ਜਾਣੀ ਹੈ ਹਰੇ ਕਿਸੇ ਨੇ ਖਾਣੀ ਖਾਣੀ ਹੋएगी ਮਤਲਬ ਕਣਕ ਤਾਂ ਲੈਣੀ ਹੁੰਦੀ ਹੈ ਹਰੇ ਕਿਸੇ ਨੇ ਫੂਡ ਤਾਂ ਚਾਹੀਦਾ ਹੀ ਚਾਹੀਦਾ ਹੈ ਜਦ ਕਿ ਜਿਹੜਾ ਸੋਨੇ ਦੀ ਚੀਜ਼ ਹੋ ਗਈ ਜਾਂ ਭਾਂਡਾ ਹੋ ਗਿਆ ਜਾਂ ਧੰਤੀ ਰਸ ਦੀ ਗੱਲ ਕਰਦੇ ਜਿਵੇਂ ਤੋਂ ਉਹ ਚੀਜ਼ਾਂ ਲੋਗ ਨਾਰਮਲੀ ਖਰੀਦੇ ਨਹੀਂ ਹੈਗੇ ਤਾਂ ਉਹਦੇ ਲਈ ਇੱਕ ਓਕੇਜਨ ਕ੍ਰੀਏਟ ਕੀਤਾ ਗਿਆ ਵੀ ਉਹ ਤਾਂ ਬਿਕੂਗਾ ਉਸ ਦੇ ਉਸ ਪਾਰਟਿਕੂਲਰ ਦਿਨ ਚ ਹੈ ਨਾ ਜਦ ਕਿ ਕਿਸਾਨ ਦੀ ਉਪਜਤਾ ਵੇਚੀ ਜਾਣੀ ਹੈ ਉਹ ਤਾਂ ਸਰ ਕਿਸੇ ਨੇ ਖਾਣੀ ਖਾਣੀ ਹੈ ਉਹਦੇ ਲਈ ਸਪੈਸ਼ਲ ਓਕੇਜਨ ਕ੍ਰੀਏਟ ਕਰਨ ਦੀ ਲੋੜ ਨਹੀਂ ਨਾ ਹੈ ਕਿ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਨਾ ਕਿ ਇਸ ਵਿਸਾਖੀ ਵਾਲੇ ਦਿਨ ਨਹੀਂ ਕੀਤਾ ਜਾਂਦਾ ਨਹੀਂ ਮੇਰਾ ਕਹਿਣ ਦਾ ਮਕਸਦ ਇਹ ਹੀ ਸੀ ਇਹ ਨਹੀਂ ਹੈਗਾ ਜਿਵੇਂ ਹੁਣ ਆਪਾਂ ਇੱਕ ਹੋਰ ਹੁੰਦਾ ਹੁੰਦਾ ਉਹ ਕੀ ਕਰਦੇ ਹੁੰਦੇ ਨੇ ਜਿੱਦਣ ਦੀਵੇ ਜੇ ਬਾਲ ਦੇ ਹੁੰਦੇ ਨੇ ਜਿਹੜਾ ਹੁੰਦਾ ਹੁੰਦਾ ਇੱਕ ਮੇਰੇ ਦਿਮਾਗ ਚੋਂ ਨਿਕਲ ਗਿਆ ਉਹਨੇ ਪਿੱਛੇ ਹੋਇਆ ਜਿੱਥੇ ਲਾਈਟਾਂ ਜੀ ਰੱਖੀਆਂ ਹੁੰਦੀਆਂ ਨੇ ਐ ਪਕੜ ਕੇ ਉਹ ਹੁੰਦਾ ਇਹਨਾਂ ਵਾਸਤੇ ਜਿਹੜੇ ਆਪਣੇ ਦੀਵੇ ਵਗੈਰਾ ਬਣਾਉਂਦੇ ਨੇ ਨਾ ਪਿੰਡਾਂ ਚ ਭਾਂਡੇ ਬਣਾਉਂਦੇ ਨੇ ਉਹਨਾਂ ਦਾ ਉਦੋਂ ਸਮਾਨ ਲੈਂਦੇ ਨੇ ਲੋਕ ਸਾਰੇ ਖੜੰਭ ਇੱਕ ਇੱਕੜ ਖੰਮੇ ਪਤਾ ਨਹੀਂ ਕੀ ਬੋਲਦੇ ਨੇ ਇੱਧਰ ਫਤੇਗੜ ਸਾਹਿਬ ਜਿਆਦਾ ਆਪਣੇ ਸਾਈਡ ਥੋੜਾ ਘੱਟ ਆ ਇਹ ਤੇ ਤਾਂ ਮੈਨੂੰ ਲੱਗ ਰਿਹਾ ਕਿ ਦੇਖੋ ਐਜ਼ ਅ ਰਵਾਜ ਮੰਨਿਆ ਜਾਉ ਕਿ ਐਜ਼ ਅ ਰਵਾਜ ਜੇ ਮੈਨੂੰ ਲੱਗਦਾ ਕਿ ਇਹ ਐਜ਼ ਅ ਡਿਜ਼ਾਈਨ ਅੱਜ ਤੋਂ ਬਹੁਤ ਸਾਲ ਪਹਿਲਾਂ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਂਦਾ ਕਿ ਅਪਸ਼ਕ ਨੂੰ ਨਾ ਜੇ ਤੁਸੀਂ ਬਸਾਖੀ ਤੇ ਕਣਕ ਨਹੀਂ ਖਰੀਦੀ ਮੈਨੂੰ ਲੱਗਦਾ ਕਿ ਇਹ ਦਾ ਬਹੁਤ ਵੱਡਾ ਇੰਪੈਕਟ ਰਹਿਣਾ ਸੀਗਾ ਤੇ ਇੱਥੇ ਜਿਹੜੇ ਸੂਝਵਾਨ ਪੰਜਾਬੀ ਲੋਕ ਸੀਗੇ ਜਿਹੜੇ ਸਮਝਦੇ ਸੀਗੇ ਮਾਰਕੀਟਸ ਨੂੰ ਮੈਨੂੰ ਲੱਗਦਾ ਉਹਦੀ ਕਮੀ ਰਹੀ ਆ ਆਪਣੇ ਡਿਜ਼ਾਈਨ ਡਿਜ਼ਾਈਨ ਸੋਚਣ ਵਾਲੇ ਲੋਕਾਂ ਦੀ ਨਾ ਪੰਜਾਬੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਸਿੱਖ ਸਿੱਖਾਂ ਦੇ ਵਿੱਚ ਮੈਂ ਪੰਜਾਬੀ ਦੇ ਵਿੱਚ ਤਾਂ ਚਲੋ ਬੰਨਿਏ ਵੀ ਆ ਗਏ ਆਪਣੇ ਹਨਾ ਬਾਕੀ ਲੋਕ ਵੀ ਆ ਗਏ ਜੇ ਮੰਡੀਆਂ 'ਚ ਬੈਠੇ ਨੇ ਤੇ ਸਿੱਖ ਸਿੱਖਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਚੀਜ਼ਾਂ ਦੀ ਕਮੀ ਰਹੀ ਆ ਕਿ ਓਵਰਆਲਿਕ ਡਿਜ਼ਾਈਨ ਇੱਕ ਮਾਰਕੀਟ ਮਾਰਕੀਟ ਡਰਾਈਵਨ ਮਾਰਕੀਟ ਡਰਾਈਵਨ ਥੋੜੀ ਸਟ੍ਰੈਟਜੀ 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 ਪਲੈਨਿੰਗ ਥੋੜੀ ਘੱਟ ਹੁੰਦੀ ਹੈ ਹਨਾ ਹਾਂ ਸ਼ਮਦੀਪ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਥੋੜਾ ਜਿਹਾ ਇਸ ਤਰ੍ਹਾਂ ਦਾ ਸੋਚਦੀਆਂ ਕਿ ਜਿਵੇਂ ਕਿਸਾਨ ਨਾ ਇੱਕ ਸਿੱਧਾ ਸਦਾ ਬੰਦੇ ਮੇਰੇ ਦਿਮਾਗ 'ਚ ਜਦ ਵੀ ਮੈਂ ਕਿਸਾਨ ਨੂੰ ਸੋਚਦੀ ਐ ਇੱਕ ਮੇਨ ਪੀ ਤੇ ਸਿੱਧਾ ਸਦਾ ਬਿਨਾਂ ਦਿਖਾਵੇ ਤੋਂ ਮਤਲਬ ਇਦਾਂ ਦੇ ਇਨਸਾਨ ਨੇ ਜਿਹੜੇ ਆਪਣੀ ਜ਼ਮੀਨ ਨਾਲ ਜੁੜੇ ਹੋਏ ਰਹਿਣ ਉਹਨਾਂ ਨੂੰ ਮੈਨੂੰ ਲੱਗਦਾ ਦਿਖਾਵਾ ਕਰਨਾ ਨਹੀਂ ਨਾ ਕਦੇ ਆਇਆ ਨਾ ਆਉਣਾ ਹੈਗਾ ਤੇ ਇਸ ਲਈ ਵੀ ਉਹ ਮਾਰ ਖਾਂਦੇ ਨੇ ਜਿਵੇਂ ਉਹ ਮਿਹਨਤ ਕਰਦੀ ਰਹ ਜਾਂਦੇ ਨੇ ਉਹਨਾਂ ਨੂੰ ਜਿਵੇਂ ਮੁੰਜੀਤ ਕਹਿੰਦੇ ਲਿਫਾਫਾ ਉਹਨੂੰ ਉਹ ਲਿਫਾਫਾ ਬਣਨਾ ਨਹੀਂ ਆਉਂਦਾ ਹੈਗਾ ਜਾਂ ਉਹਨਾਂ ਨੂੰ ਇੱਕ ਦਿਖਾਵਾ ਕਰਨਾ ਆਉਂਦਾ ਨਹੀਂ ਇਸ ਲਈ ਵੀ ਉਹ ਪਿੱਛੇ ਰਹਿੰਦੇ ਨੇ ਨਹੀਂ ਮੈਂ ਉਹਨਾਂ ਦਾ ਦਿਖਾਵਾ ਕਰਨਾ ਇਹ ਦਿਖਾਵਾ ਕਰਨਾ ਤਾਂ ਆਉਂਦਾ ਦਿਖਾਵਾ ਕਰਨਾ ਤਾਂ ਆਉਂਦਾ ਪਰ ਦਿਖਾਵਾ ਕਰਵਾਉਣਾ ਨਹੀਂ ਆਉਂਦਾ ਮੈਂ ਇਹ ਕਹਿ ਰਿਹਾ ਹੂੰ ਦਿਖਾਵਾ ਕਰਨ ਤੁਸੀਂ ਤੂੰ ਆ ਸਮਝ ਲੈ ਕਿ ਕਰਜ਼ੇ ਲੈ ਲੈ ਕੇ ਵੱਡੇ ਵੱਡੇ ਵਿਆਹ ਕਰਦੇ ਨੇ ਹਨਾ ਵਿਆਹ ਨਹੀਂ 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 ਇਹ ਨਹੀਂ ਇੱਕ ਨਹੀਂ ਮੈਂ ਕਹਿ ਰਹੀ ਜਿਵੇਂ ਕਿ ਸ਼ੋਅ ਆਫ ਜਿਵੇਂ ਹਾਂ ਤਾਂ ਇਹ ਸ਼ੋਅ ਆਫ ਦੀ ਚੀਜ਼ਾਂ ਹੀ ਨੇ ਆਜ ਦੇਖੇ ਅਜ ਦੇਖੇ ਅਜ ਦੇ ਦਿਨ ਜਾਓ ਤੁਸੀਂ ਖੇਤਾਂ ਦੇ ਵਿੱਚ ਮਤਲਬ ਐਡੇ ਵੱਡੇ ਵੱਡੇ ਟਰੈਕਟਰ ਤੇ ਉਹਦੇ ਚ ਅਲੋਏ ਪਾਏ ਵੇ ਮਿਊਜ਼ਿਕ ਸਿਸਟਮ ਤੋਂ ਬਿਨਾ ਕੋਈ ਟਰੈਕਟਰ ਨਹੀਂ ਹੈਗਾ ਤੇ ਮਤਲਬ ਤੁਸੀਂ ਮੈਂ ਮੈਂ ਉਹੀ ਕਹਿ ਰਿਹਾ ਨਾ ਕਿ ਕਰਜਾ ਚੱਕ ਕੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਪਰ ਕਦੀ ਤੁਸੀਂ ਇਹੋ ਜਿਹਾ ਮਾਹੌਲ ਕਿਉਂ ਨਹੀਂ ਬਣਾਇਆ ਕਿ ਲੋਕ ਕਰਜਾ ਲੈ ਕੇ ਥੋੜਾ ਸਮਾਨ ਖਰੀਦਣ ਹੂੰ ਉਹ ਤੋਂ ਤੁਹਾਡਾ ਸਮਾਨ ਜਿਹੜਾ ਗਵਰਨਮੈਂਟ ਤੋਂ ਤੋਂ 20 ਰੁਪਏ ਕਿਲੋ ਲੈ ਕੇ ਮਾਰਕੀਟ ਦੇ ਵਿੱਚ ਤੁਹਾਨੂੰ 2 ਰੁਪਏ ਕਿਲੋ ਕਣਕ ਵੇਚਦੀ ਆ ਬਾਦਲ ਮਤਲਬ ਇਹਨਾਂ ਸਾਰਿਆਂ ਨੇ ਕੀ ਕੀਤਾ ਕਿ ਆਟਾ ਦਾਲ ਸਕੀਮ ਚਲਾਈ ਸੈਂਟਰ ਨੇ ਵੀ ਚਲਾਈ ਸਟੇਟਾਂ ਨੇ ਵੀ ਚਲਾਈ ਕਿਸਾਨਾਂ ਨੇ ਉਦੋਂ ਕਿਉਂ ਨਹੀਂ ਸੋਚਿਆ ਕਿ ਯਾਰ ਤੁਸੀਂ ਸਾ ਤੋਂ 20 ਰੁਪਏ ਖਰੀਦ ਕੇ 2 ਰੁਪਏ ਕਿਉਂ ਵੇਚ ਰਹੇ ਹੋ ਸਾਡੀ ਚੀਜ਼ ਦਾ ਮੁੱਲ ਵਧਾਓ ਹੂੰ ਸਮਝ ਰਹੇ ਹੋ ਮਤਲਬ ਐਜ਼ ਅ ਫੂਡ ਨੂੰ ਆਪਾਂ ਇੰਨਾ ਨਕਾਰਤਾ ਇੰਨਾ ਨਕਾਰਤਾ ਇੰਨਾ ਥੱਲੇ ਲਗਾਤਾ ਕਿ ਅੱਜ ਦੀ ਡੇਟ 'ਚ ਨਾ ਮੈਂ ਤੁਹਾਨੂੰ ਸਿਰੀਅਸਲੀ ਦੱਸਣਾ ਲੋਕਾਂ ਨੂੰ ਨਾ ਕੋਈ ਟੈਨਸ਼ਨ ਨਹੀਂ ਹੈਗੀ ਕਿ ਸਾਡਾ ਫੂਡ ਸਾਡੀ ਫੂਡ ਦੀ ਕੋਈ ਟੈਨਸ਼ਨ ਨਹੀਂ ਹੈਗੀ ਲੋਕਾਂ ਨੂੰ ਅੱਜ ਦੀ ਡੇਟ 'ਚ ਲੋਕਾਂ ਨੂੰ ਲੱਗਦਾ ਤਾਂ ਮਿਲ ਹੀ ਜਾਊਗਾ ਕਿ ਤਰ੍ਹਾਂ ਕਿਤੋਂ ਮਤਲਬ ਵੈਲਿਊ ਆਫ ਦੇ ਹਾਰਡ ਵਰਕ ਦੀ ਵੈਲਿਊ ਪਵਾਣੀ ਜਿਹੜੀ ਹੁੰਦੀ ਹੈ ਨਾ ਇਹ ਬੜੀ ਮੁਸ਼ਕਿਲ ਚੀਜ਼ ਹੁੰਦੀ ਹੈ ਇੱਕ ਕੰਪੀਟੀਟਿਵ ਵਰਡ ਦੇ ਵਿੱਚ ਤੁਸੀਂ ਜਾ ਕੇ ਆਪਣੇ ਪ੍ਰੋਡਕਟ ਨੂੰ ਖੜਾ ਕਰਨਾ ਤੇ ਦੂਜੇ ਤੋਂ ਪੈਸੇ ਕਢਵਾਉਣਾ ਆਪਣੇ ਪ੍ਰੋਡਕਟ ਦੇ ਲਈ ਇਹ ਬੜੀ ਇਹਦੇ ਲਈ ਬੜੀ ਪਲੈਨਿੰਗ ਬੜੀ ਸਟ੍ਰੈਟੇਜੀ ਬੜਾ ਦਿਮਾਗ ਹਨਾ ਇਹ ਚੀਜ਼ਾਂ ਇਸ ਤਰੀਕ ਦੀ ਤਰੀਕੇ ਦੀ ਚੀਜ਼ਾਂ ਚਾਹੀਦੀਆਂ ਨੇ ਜੋ ਕਿ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਕਿਸਾਨ ਭਾਈ ਨੇ ਇਹ ਸਾਰੇ ਆਪਾਂ ਵੀ ਬੈਕਗ੍ਰਾਉਂਡ ਆਪਣਾ ਕਿਸਾਨ ਵਾਲਾ ਇਹ ਪਿੱਛੇ ਦੀ ਆਪਣੇ ਨਾਨਕੇ ਦਾਦਕੇ ਵੀ ਉਹ ਮਿਹਨਤ ਕਰਨ ਨੂੰ ਤਾਂ ਠੀਕ ਨੇ ਓਕੇ ਨੇ ਲੇਕਿਨ ਉਹਨੂੰ ਐਜ਼ ਅ ਪ੍ਰੋਪਰਲੀ ਪਲਾਨ ਕਰਕੇ ਕਿੱਥੇ ਸੈਲ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਕਿਵੇਂ ਆਪਣੇ ਲਈ ਲੜਨਾ ਚਾਹੀਦਾ ਆਪਣੇ ਹੱਕਾਂ ਦੇ ਲਈ ਉਸ ਲੈਵਲ ਤੇ ਉਹ ਚੀਜ਼ ਦੀ ਕਮੀ ਹੈਗੀ ਹੈ ਹਨਾ ਤੇ এডੂਕੇਸ਼ਨ ਦੀ ਮੈਨੂੰ ਲੱਗਦਾ ਕਮੀ ਰਹੀ ਹੈ ਉਹਨਾਂ ਦੇ ਫੀਲਡ ਵਿੱਚ ਅਮ এডੂਕੇਸ਼ਨ ਕਹਿ ਲਓ ਜਾਂ ਤੁਸੀਂ ਕਹਿ ਲਓ ਇਹ ਸ਼ੁਰੂ ਤੋਂ ਡੀਐਨਏ ਦਾ ਪਾਰਟੀ ਜਿਵੇਂ ਆਪਾਂ ਮੁੰਜੀ ਤੂੰ ਕਈ ਵਾਰ ਕਹਿਣਾ ਹੁੰਦਾ ਹੈ ਕਿ ਇਹ ਕਈ ਵਾਰ ਆਪਣੇ ਡੀਐਨਏ ਦਾ ਪਾਰਟੀ ਹੁੰਦਾ ਕਮਿਊਨਿਟੀ ਦਾ ਹਨਾ ਕਿ ਕਈ ਜਿਵੇਂ ਆਪਾਂ ਕਹਿ ਲਿਆ ਕਿ ਇੱਕ ਪਰਟिकुलर ਕਮਿਊਨਿਟੀ ਜਿਹੜੀ ਹੁੰਦੀ ਆਪਾਂ ਬਾਣੀਆਂ ਕਹਿੰਦੇ ਉਹਨਾਂ ਨੂੰ ਉਹ ਹਿਸਾਬ ਕਿਤਾਬ 'ਚ ਬੜੇ ਤੇਜ਼ ਹੁੰਦੇ ਨੇ ਹਾਂ ਐਦਾਂ ਹੀ ਅਲੱਗ-ਅਲੱਗ ਕਮਿਊਨਿਟੀਆਂ ਦੀ ਆਪਣੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਤੇ ਆਪਣੀ ਜਿਹੜੇ ਜੱਟ ਹੋ ਗਏ ਜਾਂ ਜਿਹੜੇ ਕਿਸਾਨ ਹੋ ਗਏ ਇਹਨਾਂ ਦੀ ਜਿਹੜੀ ਮੇਨ ਖਾਸ ਗੱਲ ਹੈਗੀ ਹੈ ਮਿਹਨਤ ਕਰਨਾ ਮੈਂਤ ਕਰਨਾ ਤੇ ਦੂਜੀ ਆਪਾਂ ਪਤਾ ਨਹੀਂ ਇਮੋਸ਼ਨਲ ਕਹਿ ਸਕਦੇ ਆ ਕੀ ਹੁੰਦਾ ਹੈ ਭੜਕਾਉ ਬੜੇ ਹੁੰਨੇ ਆ ਗੱਲਾਂ 'ਚ ਫਟਾਫਟ ਆ ਜਾਣਾ ਰਾਂ ਤੇ ਬਸ ਉਹ ਤੋਂ ਕਰ ਦੇਣਾ ਬੱਲੇ ਬੱਲੇ ਕਰ ਦੇਣੀ ਤੇ ਉਹ ਚੀਜ਼ ਥੋੜੀ ਇੱਕ ਕਮੀ ਦੇ ਵੱਲ ਵੀ ਚਲੇ ਜਾਂਦੀ ਹੈ ਫਿਰ ਤੁਸੀਂ ਸ਼ਾਂਤੀ ਨਾਲ ਬੈ ਕੇ ਨਹੀਂ ਸੋਚਦੇ ਜਿਹੜਾ ਵਰਡ ਹੈ ਨਾ ਇੱਕ ਅੱਖਰ ਬੜੇ ਇੰਪੋਰਟੈਂਟ ਮੈਨੂੰ ਐ ਲੱਗਦਾ ਆਪਾਂ ਨਾ ਇੱਕ ਵਰਡ ਯੂਜ਼ ਕਰਦੇ ਆ ਸਿੱਖ ਪਹਿਲਾਂ ਸਿੱਖ ਠੀਕ ਆ ਫਿਰ ਆਪਾਂ ਵਰਡ ਯੂਜ਼ ਕੀਤਾ ਜੱਟ ਸਿੱਖ ਹਮ ਇੱਕ ਵਰਡ ਆ ਗਿਆ ਜੱਟ ਸਿੱਖ ਕਿ ਸਿੱਖ ਤੇ ਜੱਟ ਸਿੱਖ ਚ ਫਰਕ ਆ ਹੈ ਤੇ ਫਿਰ ਹੁਣ ਇੱਕ ਨਾ ਨਵਾਂ ਨਵਾਂ ਅੱਖਰ ਚੱਲ ਰਿਹਾ ਪਿਛਲੇ 10 ਸਾਲਾਂ ਤੋਂ ਮੈਂ ਜ਼ਿਆਦਾ ਸੁਣ ਰਿਹਾ ਉਹਨੂੰ ਕਹਿੰਦੇ ਨੇ ਬਣਿਆ ਜੱਟ ਹਮ ਅੱਛਾ ਹੈ ਤੇ ਹਾਂ ਬਣਿਆ ਬਣਿਆ ਜੱਟ ਕਹਿੰਦੇ ਨੇ ਉਹ ਬਣਿਆ ਜੱਟ ਉਸ ਜੱਟ ਨੂੰ ਕਹਿੰਦੇ ਨੇ ਜਿਹੜਾ ਥੋੜਾ ਸੋਚ ਸਮਝ ਕੇ ਚੱਲਦਾ ਮੱਚ ਜਿਹੜਾ ਪਿੰਡਾਂ ਦੇ ਵਿੱਚ ਕਹਿੰਦੇ ਨੇ ਉਹ ਉਹ ਬਣੀਆਂ ਬਣੀਆਂ ਜੱਟਾ ਉਹ ਮਤਲਬ ਕਿ ਉਹ ਕਮਲਿਆਂ ਮੰਗੂ ਨਹੀਂ ਚੱਲੂਗਾ ਉਹ ਬਣੀਆਂ ਜੱਟਾ ਥੋੜਾ ਸੋਚ ਸਮਝ ਕੇ ਖਰਚੂ ਥੋੜਾ ਬਣੀਆਂ ਟਾਈਪ ਆੜਤੀਆਂ ਵੀ ਬਣ ਕੇ ਵਿੱਚੋਂ ਜੱਟ ਆੜਤੀ ਆਗੇ ਚਦੋਂ ਤਾਂ ਉਹਨਾਂ ਨੂੰ ਵੀ ਬਣੀਆਂ ਜੱਟ ਕਹਿਣ ਲੱਗੇ ਤਾਂ ਮੈਨੂੰ ਇਹ ਲੱਗ ਰਿਹਾ ਕਿ ਸਭ ਤੋਂ ਪਹਿਲਾਂ ਨਾ ਆਪਾਂ ਨੂੰ ਆਪਣਾ ਆਪ ਨੂੰ ਨਾ ਇਹ ਡੈਫੀਨੇਸ਼ਨਾਂ ਦੇ ਵਿੱਚ ਢਾਲਣਾ ਬੜਾ ਜ਼ਰੂਰੀ ਆ ਜੱਟ ਉਦੋਂ ਤੱਕ ਜੱਟ ਸੀਗਾ ਜਦੋਂ ਤੱਕ ਉਹ ਸਿੱਧਾ-ਸਿੱਧਾ ਜ਼ਮੀਨ ਨਾਲ ਜੁੜਿਆ ਸੀਗਾ ਤੇ जाट ਵੀ ਆਪਾਂ ਉੱਥੇ ਹੀ ਵਰਡ ਯੂਜ਼ ਕੀਤਾ ਜਾਂਦਾ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ जाट ਤੇ ਜੱਟ ਜਿਹੜੇ ਲੋਕ ਖੇਤੀ ਕਰਕੇ ਕਿਰਤ ਖੇਤੀ ਨਾਲ ਜੁੜੇ ਸੀ ਸਿੱਧਾ-ਸਿੱਧਾ ਜ਼ਮੀਨ ਦੇ ਧੰਦੇ 'ਚ ਸੀਗੇ ਜ਼ਮੀਨ ਤੋਂ ਕੰਮ ਕਰਦੇ ਸੀ ਰਹਿੰਦੇ ਸੀ ਤਾਂ ਮੈਨੂੰ ਪਹਿਲੀ ਗੱਲ ਤਾਂ ਇਸ ਟਾਈਮ ਜਿਹੜੇ ਲੋਕ ਜ਼ਮੀਨਾਂ ਤੋਂ ਬਾਹਰ ਨਿਕਲ ਚੁੱਕੇ ਨੇ ਜਿਹੜੇ ਜ਼ਮੀਨਾਂ ਸੈੱਲ ਕਰ ਚੁੱਕੇ ਨੇ ਜਾਂ ਮੈਂ ਕਹਿੰਦਾ ਸੈੱਲ ਵੀ ਨਹੀਂ ਵੀ ਕੀਤੀ ਹੋਵੇ ਜਿਹੜੇ ਸਿੱਧਾ-ਸਿੱਧਾ ਜ਼ਮੀਨ ਤੇ ਕੰਮ ਨਹੀਂ ਕਰਦੇ ਰੋਜ਼ ਖੇਤ ਨਹੀਂ ਪਹੁੰਚ ਰਹੇ ਠੀਕ ਹੈ ਨਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਜੱਟ ਆਪਣੇ ਆਪ ਨੂੰ ਕਹਿਲਾਣਾ ਨਹੀਂ ਚਾਹੀਦਾ ਮੈਨੂੰ ਇਹ ਲੱਗ ਰਿਹਾ ਕਿਉਂਕਿ ਨਹੀਂ ਤਾਂ ਨਾ ਸਾਰੀ ਡੈਫੀਨੇਸ਼ਨਸ ਖਰਾਬ ਹੋ ਜਾਣਗੀਆਂ ਜਿਹੜੀ ਕਿਉਂਕਿ ਇਹ ਜਿਹੜੇ ਇਹ ਜਿਹੜੇ ਅੱਖਰ ਬਣਾਏ ਗਏ ਨੇ ਨਾ ਇੱਕ ਇੱਕ ਤਰੀਕੇ ਦੇ ਨਾ ਆਈਡੈਂਟੀਟੀ ਨੇ ਉਸ ਚੀਜ਼ ਦੇ ਤੇ ਮੈਨੂੰ ਲੱਗ ਰਿਹਾ ਕਿ ਜਿਹੜੇ ਟਰੱਕ ਚਲਾ ਰਹੇ ਨੇ ਉਹਨਾਂ ਨੂੰ ਜੱਟ ਨਹੀਂ ਟਰੱਕਰਸ ਕਹਿਣਾ ਚਾਹੀਦਾ ਆਪਣੇ ਆਪ ਨੂੰ ਜੱਟ ਜ਼ਮੀਨਾਂ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ ਮਤਲਬ ਜੋ ਇੰਟਰਨੈਟ ਕਰਦਾ ਜੱਟ ਚਾਟ ਜੱਟ ਜਾਟ ਜਿਹੜਾ ਸੀ ਨਾ ਇਹ ਸਿੱਧਾ-ਸਿੱਧਾ ਲੈਂਡ ਨਾਲ ਜੁੜਿਆ ਹੋਇਆ ਸੀਗਾ ਤੁਸੀਂ ਆਪਣੇ ਮੈਨੂੰ ਜ਼ਿੰਮੇਦਾਰ ਕਹਿ ਸਕਦੇ ਹੋ ਜ਼ਿੰਮੇਦਾਰ ਹੁੰਦਾ ਸੀਗਾ ਜਿਹੜੇ ਕੋਲ ਜ਼ਮੀਨ ਹੋਊਗੀ ਸਮਝ ਰਹੇ ਹੋ ਤੇ ਜਿਵੇਂ ਵਾਰਲੋਰਡ ਹੁੰਦਾ ਸੀ ਜਿਹੜੇ afghanistan ਚ ਜਿਹੜੇ ਆਪਾਂ ਕਹਿੰਦੇ ਆ ਕਿ ਜਿਨ੍ਹਾਂ ਦੀ ਫੌਜ ਵੀ ਆਪਣੀ ਹੋਊਗੀ ਜ਼ਮੀਨ ਵੀ ਆਪਣੀ ਹੋਊਗੀ ਅੱਛਾ ਮੈਂ 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 ਤੈਨੂੰ ਮੈਂ ਤੈਨੂੰ ਕਟਾਂਗੀ ਇੱਥੇ ਹਲੇ ਆਪਾਂ ਇੱਥੇ ਠਹਿਰ ਜਾਈਏ ਉਹ ਡੈਫੀਨੇਸ਼ਨਾਂ ਵਾਲਾ ਆਪਾਂ ਫਿਰ ਜਾਵਾਂਗੇ ਪੂਰੇ ਹਨਾ ਨਹੀਂ ਤਾਂ ਆਪਣੇ ਬਹੁਤ ਲੰਬੀ ਹੋ ਜਾਣੀ ਆ ਗੱਲਬਾਤ ਤੇ ਆਪਾਂ ਬਸਾਖੀ ਦੀ ਗੱਲ ਕਰ ਰਹੇ ਸੀ ਆਪਾਂ ਉਹਨੂੰ ਪਿੱਛੇ ਛੱਡ ਗਏ ਤੇ ਹੁਣ ਤੇਰੀ ਗੱਲ ਸੁਣ ਕੇ ਨਾ ਮੈਂ ਥੋੜੀ ਪ੍ਰਭਾਵਿਤ ਹੋਈ ਜ਼ਰੂਰ ਹਾਂ ਕਿ ਆਪਾਂ ਬਸਾਖੀ ਵਾਲੇ ਦਿਨ ਕੁਝ ਖਰੀਦ ਦੇ ਕਿਉਂ ਨਹੀਂ ਕਿਸਾਨਾਂ ਦਾ ਤੇ ਮੈਂ ਮੈਂ ਹੁਣ ਸੋਚਦੀ ਹਾਂ ਕਿ ਮੈਂ ਅੱ ਕੈਨੇਡਾ ਚ ਬੈਠੀਆਂ ਮੈਂ ਇੱਥੇ ਭਵਾਂ ਦੀ ਪਰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਤੋਂ ਜੋ ਪ੍ਰੋਡਿਊਸ ਕਰਦਾ ਹੈ ਹਨਾ ਜੋ ਜ਼ਮੀਨ ਨਾਲ ਜੁੜਿਆ ਹੋਇਆ ਹੈ ਉਸ ਤੋਂ ਕੁਛ ਨਾ ਕੁਛ ਚੀਜ਼ ਮੈਂ ਤਾਂ ਖਰੀਦਿਆ ਕਰੂੰਗੀ ਵਿਸਾਖੀ ਵਾਲੇ ਦਿਨ ਤੇ ਹਨਾ ਆਪਾਂ ਇਹ ਸ਼ੰਧੀ ਦੀ ਤਰ੍ਹਾਂ ਤੇ ਮੈਂ ਹਨਾ ਆਪਾਂ ਤਿੰਨੋਂ ਇਹ ਕਰਦੇ ਹਾਂ ਕਿ ਆਪਾਂ ਸ਼ੁਰੂ ਕਰਾਂਗੇ ਇਹ ਜੀ ਮੈਂ ਵੀ ਮੈਂ ਵੀ ਸਵਾਰੀ ਸਿੱਧਾ ਜਾ ਕੇ ਖੇਤ ਚੋਂ ਕੁਛ ਨਾ ਕੁਛ ਜ਼ਰੂਰ ਖਰੀਦੂੰਗਾ ਹਾਂ ਤੇ ਆਪਾਂ ਇਸੇ ਤਰੀਕੇ ਨਾਲ ਇੱਕ ਨਵਾਂ ਰਵਾਜ ਕੀਪਤਾ ਸਟਾਰਟ ਕਰ ਸਕੀਏ ਰਾਈਟ ਤੇ ਇਸੇ ਦੇ ਨਾਲ ਹੈਪੀ ਬਸਾਕੀ ਟੂ ਆਲ ਆਫ आवर ਈਵਰਸ ਜਿਹੜੇ ਆਪਣੇ ਦੇਖਦੇ ਨੇ ਪੋਡਕਾਸਟ ਤੇ ਸੁਣਦੇ ਨੇ ਉਹਨਾਂ ਨੂੰ ਵੀ ਬਸਾਕੀ ਦੀ ਬਹੁਤ-ਬਹੁਤ ਵਧਾਈਆਂ ਤੇ ਮੈਂ 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 ਸਾਰੇ ਈਵਰਸ ਨੂੰ ਕਹੂੰਗਾ ਕਿ ਤੁਸੀਂ ਕੁਛ ਨਾ ਕੁਛ ਜ਼ਰੂਰ ਇਸ ਵਾਰੀ ਕਿਸਾਨ ਤੋਂ ਜਾ ਕੇ ਖਰੀਦੋ ਤੇ ਸਾਨੂੰ ਕਮੈਂਟ ਚ ਪਾਓ ਜਾਂ ਉਹਦੀ ਫੋਟੋ ਸ਼ੇਅਰ ਕਰੋ ਕਿ ਕੀ ਪਤਾ ਕੀ ਪਤਾ ਠੀਕ ਹੈ ਨਵੀਂ ਸ਼ੁਰੂਆਤ ਹੋਵੇ ਯਾ ਵੈਰੀ ਨਾਈਸ ਥੈਂਕ ਯੂ ਸੋ ਮਚ ওকে ਜੀ ਬਾਏ ਬਾਏ